ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਮੈਂ ਅੱਜ ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਅਵਤਾਰ ਸਿੰਘ ਹਿੱਤ ਪ੍ਰਧਾਨ ਤਖ਼ਤ ਹਰਿਮੰਦਰ ਸਿੰਘ ਪਟਨਾ ਸਾਹਿਬ ਤੋਂ ਮੈਂ ਬੋਲ ਰਿਹਾ ਔਰ ਮੈਂ ਤੁਸੀਂ ਮੋਹੀ ਚੈਨਲ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਧਰਮ ਪ੍ਰਚਾਰ ਦਾ ਬੜਾ ਵੱਡਾ ਪ੍ਰਚਾਰ ਕਰਦਾ ਹੈ, ਉਹ ਪੰਜਾਬੀ ਦਾ ਵੀ ਅਤੇ ਧਰਮ ਪ੍ਰਚਾਰ ਦਾ ਵੀ ਅਤੇ ਪੰਜਾਬੀਆਂ ਦਾ ਵੀ। ਇਸ ਕਰਕੇ ਮੈਂ ਲੱਖ ਦਾ ਮੁਬਾਰਕ ਬਹੁਤ ਦਿੰਦਾ। ਅੱਜ ਅਸੀਂ ਤੋਹੀ ਮੋਹੀ ਚੈਨਲ ਦੀ ਟੀਮ ਦੇ ਸਨਮੁਖ ਹੋ ਰਹੇ ਹਾਂ। ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੋਹੀ ਮੋਹੀ ਜਿਹੜਾ ਚੈਨਲ ਹੈ ਔਰ ਇਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਔਰ ਬਹੁਤ ਵਧੀਆ ਉਪਰਾਲਾ ਕਰਦੇ। ਮੈਂ ਇਹਨਾਂ ਦੇ ਇਸ ਕਦਮ ਦੀ, ਇਹਨਾਂ ਦੇ ਇਸ ਯਤਨਾਂ ਦੀ ਬਹੁਤ ਬਹੁਤ ਸ਼ਲਾਘਾ ਕਰਦਾ, ਕਿਉਂਕਿ ਸਿੱਖ ਧਰਮ ਜਿਹੜਾ ਹੈ ਔਰ ਸਾਰੇ ਸੰਸਾਰ ਦੇ ਵਿੱਚ ਇੱਕ ਐਸਾ ਵਿਲੱਖਣ ਧਰਮ ਹੈ ਜਿਹੜਾ ਮਾਨਸ ਕੀ ਜਾਤ ਸਵੈ ਇੱਕ ਹੈ ਪਹਿਚਾਣ ਵੋ ਦੇ ਉਸ ਆਸ਼ੇ ਅਨੁਸਾਰ ਚੱਲਦਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੁਣੇ ਅਸੀਂ 550 ਸਾਲਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ, ਜਿਨ੍ਹਾਂ ਨੇ ਏਕਤਾ ਪਿਆਰ ਸਾਂਝੀ ਬਾਲਤਾ ਸਬੱਤ ਦੇ ਭਲੇ ਦੀ ਗੱਲ ਜਿਹੜੀ ਹੈ ਗੁਰੂ ਨਾਨਕ ਦੇਵ ਸਾਹਿਬ ਨੇ ਕੀਤੀ ਹੈ। ਸੋ ਮੈਂ ਸਮਝਦਾ ਇਹ ਜਿਹੜਾ ਚੈਨਲ ਹੈ ਇਹ ਗੁਰੂ ਨਾਨਕ ਸਾਹਿਬ ਦੇ ਸੰਦੇਸ਼ਾਂ ਨੂੰ, ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਲੈ ਕੇ ਲੋਕਾਂ ਤੱਕ ਪਹੁੰਚਾਏਗਾ, ਤਾਂ ਕਿ ਸਾਰੀ ਮਨੁੱਖਤਾ ਜਿਹੜੀ ਹੈ ਏਕਤਾ ਪਿਆਰ ਸਾਂਝੀ ਬਾਲਤਾ ਸ਼ਾਂਤੀ ਦੇ ਵੱਲ ਵਧੇਗੀ ਔਰ ਖਾਸ ਤੌਰ 'ਤੇ ਜਿਹੜੇ ਸਾਡੇ ਸਿੱਖ ਨੌਜਵਾਨ ਨੇ ਉਹ ਵੀ ਇਸ ਚੈਨਲ ਦੇ ਰਾਹੀਂ ਜਿੱਥੇ ਸਿੱਖ ਇਤਿਹਾਸ ਬਾਰੇ ਜਾਣਨਾ ਪਾਉਣ ਔਰ ਜਾਣਕਾਰੀ ਲੈ ਸਕਣਗੇ, ਉੱਥੇ ਸਿੱਖ ਧਰਮ ਦੇ ਜੋ ਬੁਨਿਆਦੀ ਅਸੂਲ ਨੇ ਉਹਨਾਂ ਬਾਰੇ ਵੀ ਜਾਣਕਾਰੀ ਜਿਹੜੀ ਹੈ ਇੱਕ ਇਸ ਚੈਨਲ ਦੇ ਰਾਹੀਂ ਉਹਨਾਂ ਨੂੰ ਮਿਲੇਗੀ। ਮੈਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੈਂਬਰ ਪਾਰਲੀਮੈਂਟ ਸ੍ਰੀ ਅਨੰਦਪੁਰ ਸਾਹਿਬ। ਤੋਹੀ ਮੋਹੀ ਚੈਨਲ ਜੋ ਸਿੱਖੀ ਦਾ ਪ੍ਰਚਾਰ ਦੇਸ਼ ਔਰ ਦੁਨੀਆਂ ਵਿੱਚ ਕਰ ਰਿਹਾ ਉਹ 'ਤੇ ਅਸੀਂ ਮਾਣ ਕਰਦੇ ਹਾਂ, ਉਹ 'ਤੇ ਅਸੀਂ ਗੌਰਵ ਕਰ ਸਕਦੇ ਹਾਂ। ਮੈਂ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੋਹੀ ਮੋਹੀ ਚੈਨਲ ਦੇ ਅਦਾਰੇ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਵਾਹਿਗੁਰੂ ਅੱਗੇ ਪਰਮਾਤਮਾ ਅੱਗੇ ਇਸ ਅਦਾਰੇ ਦੀ ਸਫਲਤਾ ਦੀ ਅਰਦਾਸ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚੈਨਲ ਸੈਕਟਰੀ ਤਖ਼ਤ ਸ੍ਰੀ ਹਰਿਮੰਦਰ ਜੀ ਪ੍ਰਬੰਧਕ ਕਮੇਟੀ ਜਿਹੜਾ ਇਹ ਧਰਮ ਪ੍ਰਚਾਰ ਚੈਨਲ ਤੋਹੀ ਮੋਹੀ ਜਿਸ ਤਰ੍ਹਾਂ ਇਹ ਕੰਮ ਕਰ ਰਹੀ ਹੈ, ਧਰਮ ਪ੍ਰਚਾਰ ਦਾ ਕੰਮ ਕਰ ਰਹੀ ਹੈ, ਇਸ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਵਾ। ਜਿਸ ਤਰ੍ਹਾਂ ਔਰ ਇਹਨਾਂ ਦੇ ਗੁਰੂ ਮਹਾਰਾਜ ਤੋਂ ਇਹਨਾਂ ਨੂੰ ਬਖਸ਼ਿਸ਼ ਮਿਲੇ ਕਿ ਇਹ ਪ੍ਰਚਾਰ ਚੰਗੀ ਤਰ੍ਹਾਂ ਕਰਦੇ ਰਹਿਣ ਅਤੇ ਇਸੇ ਇਹਨਾਂ ਨੂੰ ਸਫਲਤਾ ਮਿਲਦੀ ਰਹੇ। ਦਾਸ ਇੰਦਰਜੀਤ ਸਿੰਘ, ਮੀਤ ਪ੍ਰਧਾਨ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤੋਹੀ ਮੋਹੀ ਚੈਨਲ ਜਿਹੜੇ ਕਿ ਧਰਮ ਪ੍ਰਚਾਰ ਦੀ ਸੇਵਾ ਕਰ ਰਹੇ ਹਨ, ਇਹਨਾਂ ਵਾਸਤੇ ਬਹੁਤ ਸ਼ੁਭਕਾਮਨਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਲਖਵਿੰਦਰ ਸਿੰਘ ਲੱਖਾ, ਮੈਂਬਰ ਧਰਮ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਪਟਨਾ ਸਾਹਿਬ। ਮੈਂ ਤੋਹੀ ਮੋਹੀ ਚੈਨਲ, ਯੂਟਿਊਬ ਚੈਨਲ ਜੋ ਧਰਮ ਪ੍ਰਚਾਰ ਦਾ ਬਹੁਤ ਸੋਹਣਾ, ਬਹੁਤ ਵੱਡਾ, ਬਹੁਤ ਵੱਡੇ ਪੱਧਰ 'ਤੇ ਸੇਵਾ ਨਿਭਾ ਰਹੇ ਆ, ਹੋਰ ਸਾਰੇ ਪਾਸੇ ਜੋ ਇਹ ਧਰਮ ਪ੍ਰਚਾਰ ਦਾ ਜੋ ਕੰਮ ਹੈ ਕਰ ਰਹੇ ਨੇ, ਮੈਂ ਆਪਣੇ ਤਰਫੋਂ ਸਮੁੱਚੀ ਆਪਣੀ ਪ੍ਰਬੰਧਕ ਕਮੇਟੀ ਦੇ ਤਰਫੋਂ ਮੈਂ ਇਸ ਚੈਨਲ ਨੂੰ ਲੱਖ ਲੱਖ ਵਧਾਈ ਦਿੰਦਾ ਵਾਂ। ਬਹੁਤ ਬਹੁਤ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦਾਰ ਜਗਜੋਤ ਸਿੰਘ ਸੋਹੀ, ਮੈਂਬਰ ਪਟਨਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ। ਮੈਂ ਗੁਰੂ ਮਹਾਰਾਜ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਅਤੇ ਨਵੇਂ ਸਾਲ ਦੀਆਂ ਮੈਂ ਤੋਹੀ ਮੋਹੀ ਚੈਨਲ ਰਾਹੀਂ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਰੱਖਦਾ ਹਾਂ ਅਤੇ ਆਪ ਜੀ ਨੂੰ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਪਟਨਾ ਸਾਹਿਬ ਚੱਲ ਕੇ ਆਏ ਹੋ। ਥੈਂਕ ਯੂ ਸਰ। ਤੋਹੀ ਮੋਹੀ ਚੈਨਲ ਕੋ ਵਧਾਈ। ਮੈਂ ਪਟਨਾ ਸਾਹਿਬ ਗੁਰਦੁਆਰਾ ਸੇ ਸਿਖਾ ਸਿੰਘ ਪਰਮਾਰ ਅਧਿਵਕਤਾ ਹੂੰ ਪਟਨਾ ਉੱਚ ਨਿਆਇਆਲੇ ਮੇਂ। ਮੇਰਾ ਨਾਂ ਜੀ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ, ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ, ਗੁਰੂ ਕੀ ਵਡਾਲੀ ਛਾਟਾ, ਬਾਬਾ ਬੁੱਢਾ ਸਾਹਿਬ ਜੀ ਦੀ 10ਵੀਂ ਪੀੜ੍ਹੀ, ਬਾਬਾ ਸਹਾਰੀ ਗੁਰੂ ਕਾ ਹਰੀ ਰੰਧਾਵਾ ਦੀ 10ਵੀਂ ਅੰਸ ਬੰਸ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਇਹ ਤੋਹੀ ਮੋਹੀ ਜਿਹੜਾ ਚੈਨਲ ਆ ਇਹ ਤਰੱਕੀ ਕਰੇ, ਇਹ ਸਿੱਖੀ ਦੇ ਪ੍ਰਚਾਰ 'ਤੇ ਜਿਸ ਤਰ੍ਹਾਂ ਆਪ ਲੱਗੇ ਹੋਏ ਭੈਣ ਜੀ, ਹੋਰ ਲੱਗੋ, ਤੁਹਾਨੂੰ ਬਰਕਤਾਂ ਰਹਿਣ, ਕੋਈ ਘਾਟ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਹਿਬ ਕਮਾਲ ਕਾਦਰੇ ਹਕਾਰ ਬੇਕਸਾਰਾ ਯਾਰ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 353 ਸਾਲਾ ਪ੍ਰਕਾਸ਼ ਪੁਰਬ ਦੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਦਾਸ ਸਾਰੇ ਸੰਸਾਰ ਨੂੰ ਕੋਟਾਨ ਕੋਟ ਮੁਬਾਰਕਬਾਦ ਪੇਸ਼ ਕਰਦਾ ਹੈ। ਸਤਿਗੁਰੂ ਆਪ ਜੀ ਦੇ ਪਰਿਵਾਰਾਂ 'ਚ ਸੁੱਖ ਸ਼ਾਂਤੀ, ਕਾਰੋਬਾਰਾਂ 'ਚ ਸਫਲਤਾ,
ਬੱਚਿਆਂ ਨੂੰ ਗੁਰਮਤਿ ਦਾ ਗਿਆਨ ਤੇ ਬਜ਼ੁਰਗਾਂ ਦਾ ਸਨਮਾਨ ਦੇ ਕੇ ਨਿਵਾਜਣ, ਸਾਰੇ ਸੰਸਾਰ ਨੂੰ ਵਧਾਈ ਪੇਸ਼ ਕਰਨਾ ਔਰ ਤੋਹੀ ਮੋਹੀ ਚੈਨਲ ਦਾ ਧੰਨਵਾਦ ਕਰਨਾ ਜੋ ਗੁਰਮਤਿ ਪ੍ਰਚਾਰ ਗੁਰਬਾਣੀ ਪ੍ਰਸਾਰ ਵਿੱਚ ਲੱਗੇ ਹੋਏ ਨੇ, ਸਤਿਗੁਰੂ ਪਾਤਸ਼ਾਹ ਮਿਹਰਾਂ ਨਾਲ ਨਿਵਾਜਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੀਨੀਅਰ ਮੀਤ ਪ੍ਰਧਾਨ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਰਣਜੀਤ ਕੌਰ ਤੋਹੀ ਮੋਹੀ ਚੈਨਲ ਨੂੰ ਬਹੁਤ ਵਧਾਈ ਦਿੰਦੀ ਹਾਂ, ਜਿਹੜੇ ਕਿ ਸਿੱਖੀ ਪ੍ਰਚਾਰ ਦੇ ਵਿੱਚ ਬਹੁਤ ਕੰਮ ਕਰ ਰਹੇ ਨੇ ਔਰ ਹਰ ਇਲਾਕੇ ਵਿੱਚ ਜਾ ਕੇ ਉੱਥੇ ਸਿੱਖੀ ਦਾ, ਸਿੱਖੀ ਦੇ ਜਿੰਨੇ ਉਪਦੇਸ਼ ਨੇ ਉਹਨਾਂ ਦਾ ਪ੍ਰਚਾਰ ਕਰਦੇ ਨੇ ਔਰ ਮੈਂ ਉਹਨਾਂ ਨੂੰ ਵਧਾਈ ਦਿੰਦੀ ਹਾਂ ਕਿ ਇਸ ਤਰ੍ਹਾਂ ਦਾ ਪ੍ਰਚਾਰ ਉਹ ਕਰਦੇ ਰਹਿਣ ਔਰ ਉਹਨਾਂ ਦੀ ਛੱਡਦੀ ਕਲਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।